ਸਸੀ ਗੱਲ ਸਰੇ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 1.2 ਅੰਨਾ 1.12 ਅੰਨੇ ਜੀ ਮੈਟਲ ਕਾਪਰ ਵਜ਼ਨ 2 ਗ੍ਰਾਮ 2.16 ਗ੍ਰਾਮ ਸਾਈਜ਼ सतारह पॉइंट सत एम एम साइज प्राइस की गल की जाए जी वह भी थोड़े सामने ही है जी साल अठारह सौ पैंती बॉम्बे मार्क जी पांच सौ रुपए ਦ ਮਦਰਾਸ 500 ਰੁਪਏ ਤੇ ਕਲਕੱਤਾ ਮਿੰਟ ਜੀ ਸਾਲ 191848 ਕਲਕੱਤਾ ਮਿੰਟ 2000 ਰੁਪਏ ਜੀ ਕਰ ਬੈਠੇ ਹੀ ਨੋਟੌਰ ਸਿੱਕੇ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ लो जी अगला कोइन वन पॉइंट टू पैसे जी ती तो देख सकते हो मेटल कॉपर वजन तीन पॉइंट तेई ग्राम ਸਾਈਜ਼ 21.2 mm ਜੋ ਇਸਦਾ ਸਾਈਜ਼ ਸਾਲ 1853 ਜੀ ਕਲਕੱਤਾ ਮਿੰਟ 500 ਰੁਪਏ ਜੋ ਇਸਦਾ ਰੀਅਲ ਪ੍ਰਾਈਸ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਵਾਦ ਜੀ ਸਸਿਕਲ ਸਰੇ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 올ਡ ਕੋਇਨ 1 ਨਾ ਮੈਟਲ ਕਾਪਰ ਭਜਨ 6.49 ਗ੍ਰਾਮ ਸਾਈਜ਼ 25. चाली एम एम जो इसका साइज साल उन्नीस सौ साल अठारह सौ पैंती बॉम्बे मिट्ट तेरह सौ रुपए कलकत्ता मिट्ट पंद्रह सौ रुपए तो मद्रास पंद्रह सौ रुपए जी ते साल अठारह सौ सतवंजा 20000 ਰੁਪਏ ਤੇ 1858 ਜੀ 1200 ਰੁਪਏ ਜੋ ਇਸ ਦਾ ਰੀਅਲ ਪ੍ਰਾਈਸ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਸੱਚੀ ਗੱਲ ਸਾਰੇ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 올ਡ ਕੋਇਨ ਖਾਫਾਨਾ ਜੀ ਮੈਟਲ ਕਾਪਰ वजन 12.92 ਗ੍ਰਾਮ ਸਾਈਜ਼ 29.50 ਤੇ 31.50 ਐਮ ਐਮ ਚੋਸ ਦਾ ਸਾਈਜ਼ ਸਾਲ 1835 ਬੰਬੇ ਮਿੰਟ 3000 ਰੁਪਏ ਤੇ ਮਦਰਾਸ 3000 ਰੁਪਏ ਤੇ ਸਾਲ 1845 ਜੀ ਕਲਕੱਤਾ ਮਿੰਟ 10000 ਰੁਪਏ ਜੀ ਜੋ ਇਸ ਡਰਗਿਲ ਪ੍ਰਾਈਸ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਤਨਬਾਜੀ ਸਸਤੀ ਗੱਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 1.4 ਰੁਪੀਆ ਇੰਡੀਆ ਦਾ ਪੁਰਾਣਾ ਕੋਇਨ ਮੈਟਲ ਤੁਸੀਂ ਦੇਖ ਸਕਦੇ ਹੋ ਵਜ਼ਨ 2.93 ਗ੍ਰਾਮ ਸਾਈਜ਼ 14. ਸਾਈਜ਼ 19.4 ਪੁਆਇੰਟ ਬੀ ਐਮਐਮ ਜੋ ਇਸ ਦਾ ਸਾਈਜ਼ ਸਾਲ ਦੀ ਗੱਲ ਕੀਤੀ ਜਾਵੇ ਜੀ ਸਾਲ 1835 ਬੰਬੇ ਮਿੰਟ ਮਾਰਗ ਜੀ 6000 ਰੁਪਏ ਤੱਕ ਲਗਤਾਂ ਮਿੰਟ 6000 ਰੁਪਏ ਜੀ ਜੋ ਸਟਰੀਲ ਪ੍ਰਾਈਸ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਘਰ ਬੈਠੇ ਹੀ ਨੋਟੋਰ ਚਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਸਸੀ ਗੱਲ ਸਾਰੇ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਜੀ 올ਡ ਕੋਇਨ ਸਾਲ 1835 ਹਾਫ ਰੁਪੀਏ ਜੀ ਲਓ ਜੀ ਹਾਫ ਰੁਪੀਏ ਮੈਟਲ ਤੁਸੀਂ ਦੇਖ ਸਕਦੇ ਹੋ वजन पाँच पॉइंट त्रियासी ग्राम साइज चौबीस पॉइंट छे चौबीस पॉइंट नौ एम एम जो इसका साइज साल अठारह सौ पैंती बॉम्बे मिंट अठारह हज़ार रुपए तक कलकत्ता मिंट पंद्रह हज़ार रुपए जी ਕਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤੋਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਸਸੀ ਗੱਲ ਸਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 1 ਰੁਪਈਆ 올ਡ ਕੁਆਇਨ ਮੈਟਲ ਤੁਸੀਂ ਦੇਖ ਸਕਦੇ ਹੋ ਵਜ਼ਨ 11.68 ਗ੍ਰਾਮ ਸਾਈਜ਼ 30.5 ਤੋਂ 30.7 ਐਮ ਐਮ ਜੋ ਇਸ ਦਾ ਸਾਈਜ਼ ਸਾਲ 1835 ਜੀ ਬੰਬੇ ਮਿੰਟ 4500 ਰੁਪਏ ਤੇ ਕਲਕੱਤਾ ਮਿੰਟ 4500 ਰੁਪਏ ਤੇ ਸਾਲ 1840 8 ਲੱਖ ਰੁਪਏ ਜੀ ਜੋ 30 ਰੁਪਏ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਸਸੀ ਗੱਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 골ਡ ਕੋਇਨ ਲਓ ਜੀ साल अठारह सौ पैंतील्ड ते गोल्ड कोइन मेटल गोल्ड वज़न ग्यारह पुआइट छियाहठ ग्राम साइज छब्बीस एमएम जिसका साइज साल अठारह सौ पैंती जी कलकत्ता मिट्ट मार्ग सत्त लख रुपए जी ਜੋ ਤੁਸੀਂ ਇਸ ਦਾ ਰੀਅਲ ਪ੍ਰਾਈਜ਼ ਵੀਡੀਓ ਵਿੱਚ ਦੇਖ ਰਹੇ ਹੋ ਕਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ 올ਡ ਇਜ਼ ਗੋਲਡ ਇਹ 골ਡ ਕੋਇਨ ਹੈ ਜੀ ਹੈਗਾ ਵੀ 올ਡ ਹੈ ਜੀ ਦਾ ਨਵਾਂ ਜੀ ਸਸੀਕਲ ਸਰੇ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਜੀ 올ਡ ਕੋਇਨ ਜਾਨੀ ਕਿ 골ਡ ਕੋਇਨ ਇਹ 골ਡ ਦਾ ਸਿੱਕਾ ਜੀ 1835 ਮੈਟਲ 골ਡ ਵਜ਼ਨ 23.32 ਗ੍ਰਾਮ ਸਾਈਜ਼ 32.5 ਐਮਐਮ ਜੋ ਇਸ ਦਾ ਸਾਈਜ਼ ਸਾਲ 1835 ਜੀ 16 ਲੱਖ ਰੁਪਏ ਕਲਕੱਤਾ ਮਿੰਟ ਮਾਰਕ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲਓ ਜੀ ਪਹਿਲਾਂ ਇਸ ਤਰ੍ਹਾਂ ਸਿੱਕੇ ਬੰਦੇ ਹੁੰਦੇ ਸੀਗੇ ਜੀ 1840 ਵਿੱਚ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਕੋਇਨ ਮਸ਼ੀਨ ਬਰ ਬੈਠੇ ਹੀ نو ਟੋਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਪਸੰਦ ਆਏ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ